ਅੱਛਾ, ਤੁਸੀਂ ਕਾਫੀ ਦੇਰ ਹੋਈ ਹੈ ਬਿਲਕੁਲ ਚੁੱਪ ਤੱਕਿਆ ਕਿ ਬਾਕੀ ਆਵਾਮ ਆਪਣਾ ਰੰਗ ਦੱਸਣੀ ਸੀ, ਅਤੇ ਤੁਸੀਂ ਨੇ ਜਿਹੜੀ ਵੀਡੀਓ ਆ ਉਹ ਆਵਾਮ ਬੜੀ ਪਸੰਦ ਕੀਤੀ ਹੈ ਜੀ। ਉੱਡ ਬਲਾ ਕੁੰਜ ਨਹੀਂ ਹੈ ਅਤੇ ਕੁਝ ਮਾਂ ਨੇ ਸ਼ੇਰ ਜਿਹੜਾ ਨਾ ਪੜ੍ਹੇ ਸਨ, ਉਹ ਆਵਾਮ ਬੜਾ ਪਸੰਦ ਜੀ। ਮੈਂ ਸੁਣਾ ਮੇਜ਼ਬਾਨ ਮਲਿਕ ਨਵੀਦ, ਅਤੇ ਤੁਸੀਂ ਤੱਕ ਨੇ ਆਪਣਾ ਯੂਟਿਊਬ ਚੈਨਲ ਮੁਸਕਾਨ ਮੂਵੀ ਕਰੇਟਾ। ਤਾਂ ਜੀ ਨਾਜ਼ਰੀਨ, ਬਿਲਕੁਲ ਅੱਜ ਫਿਰ ਇੱਕ ਹੋਰ ਨਵੀਂ ਵੀਡੀਓ ਨਾਲ ਸਾਡੀ ਖਿਦਮਤ ਵਿੱਚ ਹਾਜ਼ਰ ਹੋਇਆ। ਉਮੀਦ ਕਰ ਰਿਹਾ ਸੋ ਠੀਕ ਠਾਕ ਹੋ ਸੋ, ਅਤੇ ਅੱਲਾ ਨੇ ਹਿਫਜ਼ੋ ਇਮਾਨ ਵਿੱਚ ਹੋ ਸੋ। ਤਾਂ ਜੀ ਨਾਜ਼ਰੀਨ, ਬਿਲਕੁਲ ਸੋ ਤੱਕਿਆ ਸੀ ਕਿ ਇੱਕ ਪਾਰਟ ਅਸਾਂ ਮੁਕੰਮਲ ਵੀਡੀਓ ਨਾਲ ਲਾਈ ਛੋੜਿਆ, ਅਤੇ ਹੁਣ ਦੂਏ ਪਾਰਟ ਵਾਸਤੇ ਅਸਾਂ ਇੱਕ ਵਾਰੀ ਫਿਰ ਹਾਜ਼ਰ ਹੋਇਆ ਸੋ ਕਿ ਇਹਨਾਂ ਭਾਈ ਹੋਰਾਂ ਨੂੰ ਮਿਲਾਉਣੇ ਆ। ਸਭ ਤੋਂ ਪਹਿਲੇ ਤਾਂ ਇਹ ਸੁਣਾ ਤੁਸੀਂ ਕਿ ਆਪਣਾ ਤਾਰਫ ਕਰਾਸਨ, ਇਹਨਾਂ ਨੇ ਇੱਕ ਵੀਡੀਓ ਲਾਈ ਸੀ ਜਿਹੜੀ ਕਿ ਇਹਨਾਂ ਪੜਿਆ ਸੀ ਕਿ ਉੱਡ ਬਾਲਾ ਕੁੰਜ ਨਹੀਂ ਹੈ, ਜਿਸਨੇ ਅੰਦਰ ਇੰਨਾ ਮਾਂ ਨੇ ਸ਼ੇਰ ਵਗੈਰਾ ਪੜ੍ਹੇ ਸਨ, ਉਹ ਆਵਾਮ ਇਤਨਾ ਪਸੰਦ ਕੀਤੇ ਨੇ। ਅਤੇ ਆਵਾਮ ਨੇ ਇਹ ਜਿਹੜਾ ਨਾ ਖਸੂਸੀ ਰਿਕੁਐਸਟ ਸੀ ਕਿ ਤੁਸੀਂ ਇਹਨਾਂ ਭਾਈ ਹੋਰ ਕਿ ਇੱਕ ਵਾਰੀ ਫਿਰ ਨੈੱਟ ਪਰ ਆਨੋ, ਇਹਨਾਂ ਕਿ ਇੱਕ ਵਾਰੀ ਫਿਰ ਜਿਹੜਾ ਨਾ ਯੂਟਿਊਬ ਨੇ ਇੱਕ ਵੀਡੀਓ ਇਹਨਾਂ ਨੇ ਅਪਲੋਡ ਕਰੋ, ਤਾਂ ਕਿ ਅਸਾਂ ਕਿ ਇਹਨਾਂ ਦੀ ਵੀਡੀਓ ਬਹੁਤ ਹੀ ਪਸੰਦ ਆਈ ਹੈ। ਮੋਹਤਰਮ, ਕਿਆ ਨਾਤ ਸੁਣਾ ਦਾ, ਕਿਆ ਤਾਰਫ ਹੈ? ਮੌਲਾ ਮੁਹੰਮਦ ਨਾਂ ਨਿਸਾਰ ਹੈ, ਅੰਦਰਲੇ ਕਟੇੜੇ ਨਾਲ ਮੌਲਾ ਤਲਕ ਹੈ, ਜ਼ਿਲ੍ਹਾ ਕੋਟਲੀ, ਤਹਿਸੀਲ ਖਰੇਟਾ, ਅਤੇ ਅੰਦਰਲਾ ਕਟੇੜਾ ਸਾਡਾ ਬਾ ਮੁਕਾਮ ਹੈ। ਅਤੇ ਤੁਸੀਂ ਪਰਦੇਸੀ ਹੋਣੇ ਮਾਈਏ ਸੁਣਿਓ ਕਿ ਪਰਦੇਸੀ ਵੀ ਸਾਡੇ ਭਰਾ ਹੋਣੇ ਨੂੰ ਬੜੀ ਝਾਤ ਹੋਣੀ ਹੈ, ਇਹ ਚੀਜ਼ਾਂ ਬੜੀਆਂ ਪਰਦੇਸੀ ਬੜੀਆਂ ਕੰਮ ਦੇਣੀਆਂ, ਉਹ ਬੜੇ ਝਾਤ ਨਾਲ ਢੋਲ ਉਰੇ ਚੀਜ਼ਾਂ ਸਾਡਾ ਜਿਹੜਾ ਕਸ਼ਮੀਰੀ ਕਲਚਰ ਹੈ ਬੜੇ ਪਸੰਦ ਕਰੇ, ਕਿਉਂਕਿ ਪਰਦੇਸੀ ਮਜ਼ਦੂਰੀ ਕਰੀ ਨਾ, ਤਾਂ ਅੰਬੇ ਹੋਣੇ ਲਈ ਸ਼ਾਮੀ ਅਸ਼ਿਆਂ ਦੀਆਂ ਚੀਜ਼ਾਂ ਪਸੰਦ ਕਰਨਾ। ਅੱਛਾ, ਇਹ ਵਾਕਿਆ ਕੋਈ ਬੰਦਾ ਇੱਕ ਸ਼ਫੀਕ ਨਾਂ ਸੀ, ਕੋਈ ਪਰਦੇਸੀ ਸੀ, ਉਸ ਵੀਡੀਓ ਬੜੀ ਪਸੰਦ ਕੀਤੀ ਹੈ, ਤਾਂ ਇੱਕ ਵੀਡੀਓ ਨਾ ਬਰੀ ਇੱਕ ਵੀਡੀਓ ਪਰ ਉਸ ਬੰਦੇ ਤਕਰੀਬਨ ਕਮ ਅਜ਼ ਕਮ ਕੋਈ 10 ਕਮੈਂਟਸ ਕੀਤੇ ਹਨ ਕਿ ਇਹਨਾਂ ਭਾਈ ਹੋਰਾਂ ਨੇ ਇੱਕ ਵੀਡੀਓ ਮਿੱਕੀ ਹੋਰ ਜਿਹੜਾ ਨਾ ਤੁਸੀਂ ਅਪਲੋਡ ਕਰੋ, ਤਾਂ ਜੇ ਮੈਂ ਉਹ ਵੀਡੀਓ ਤੱਕ ਆ। ਇਸ ਸਿਲਸਿਲੇ 'ਚ ਅੱਜ ਤੁਸੀਂ ਕਿ ਬੜੀ ਮਿਹਨਤ ਨਾਲ ਜਿਹੜਾ ਨਾ ਤੁਸੀਂ ਕਿ ਲੋੜੀ ਨਾ, ਤਾਂ ਅੱਜ ਮੈਂ ਇਸ ਜਗ੍ਹਾ ਪਰ ਆਉਂਦਾ ਤੁਸੀਂ ਕਿ ਤਾਂ ਅਸਾਂ ਕਿ ਉਹਨਾਂ ਨੇ ਬਾਰੇ ਵਿੱਚ ਕੋਈ ਨਾ ਕੋਈ ਯਾਨੀ ਉਹਨਾਂ ਵਾਸਤੇ ਕੋਈ ਨਾ ਕੋਈ ਵੀਡੀਓ ਜਿਹੜੀ ਅੱਛੀ ਚੀਜ਼ ਜਿਹੜਾ ਪਰ ਪਰਦੇਸੀਆਂ ਦੀ ਬੜੀ ਮਿਹਰਬਾਨੀ, ਬੜਾ ਪਿਆਰ ਮੁਹੱਬਤ ਚਾਹਤਾ ਉਹਨਾਂ ਨਾਲ, ਅਤੇ ਉਹਨਾਂ ਨੇ ਨਾ ਪਰ ਪਰਦੇਸ ਨੇ ਨਾ ਪਰ ਮਾਈਏ ਗਾਣਿਆਂ, ਕਿਉਂਕਿ ਬੜਾ ਪਿਆਰ ਮੁਹੱਬਤ ਕਰ ਰਹੇ, ਲੇਕਿਨ ਫੇਸ ਟੂ ਫੇਸ ਅਸੀਂ ਨਾ ਗੱਪ ਹੋਈ ਹੈ, ਤਾਂ ਨਾ ਉਹਨਾਂ ਨੇ ਤੱਕਿਆ, ਲੇਕਿਨ ਤੁਸੀਂ ਦੇ ਥਰੂ ਵੀ ਮਤਲਬ ਹੈ ਦੱਸਿਆ ਤੁਸੀਂ, ਤਾਂ ਇਨਸ਼ਾਅੱਲਾ ਉਹਨਾਂ ਨੇ ਨਾ ਪਰ ਅਸਾਂ ਪਰਦੇਸੀ ਕੋਈ ਚਾਹੁੰਦੇ ਸੀ। ਅੱਛਾ, ਤਾਂ ਤੁਸੀਂ ਹੁਣ ਅਸਾਂ ਕਿ ਪਰਦੇਸੀਆਂ ਦੇ ਬਾਰੇ ਵਿੱਚ ਕੋਈ ਪਰਦੇਸ ਨਾ ਜਿਹੜਾ ਨਾ ਮਾਈਆ ਟਾਈਪ ਸੁਣਾ ਸੋ। ਠੀਕ ਹੈ, ਤਾਂ ਜੀ ਨਾਜ਼ਰੀਨ, ਤੁਸੀਂ ਵੀਡੀਓ ਪੂਰੀ ਤੱਕ ਨਹੀਂ ਹੈ, ਅਗਰ ਵੀਡੀਓ ਅੱਛੀ ਲੱਗਿਆ ਤਾਂ ਸਾਡੇ ਚੈਨਲ ਕੀ ਅਗਰ ਫਸਟ ਟਾਈਮ ਸਾ ਵੀਡੀਓ ਤੱਕ ਹੀ ਰਹੋ, ਤਾਂ ਚੈਨਲ ਕੀ ਸਬਸਕ੍ਰਾਈਬ ਕਰੀ ਕਿ ਨਾ, ਅਤੇ ਨਾਲ ਬੈਲ ਆਈਕਨ ਕੀ ਜ਼ਰੂਰ ਪ੍ਰੈਸ ਕਰੀ ਕਿ ਨਾ, ਤਾਂ ਕਿ ਅਸ਼ਨੇ ਦੀ ਜਿਹੜੀ ਵੀਡੀਓ ਤੁਸਾਂ ਤੱਕ ਜਲਦ ਅਜ਼ ਜਲਦ ਪਹੁੰਚੀ ਸਕੇ। ਤਾਂ ਅਗਰ ਵੀਡੀਓ ਅੱਛੀ ਲੱਗਣੀ ਹੈ ਤਾਂ ਅਸਾਂ ਕੀ ਫੀਡਬੈਕ ਲਾਜ਼ਮੀ ਦੇਣਾ ਕਿ ਤੁਸਾਂ ਕੀ ਵੀਡੀਓ ਕੈਸੀ ਲੱਗੀ ਹੈ। ਅੱਜ ਕੱਲ੍ਹ ਬੜੀ ਮਸ਼ਹੂਰ ਹੈ ਮੁੰਦਰੀ, ਚੋਟੇ ਵਾਲੇ ਫਰਮਾਇਸ਼ ਕੀਤੀ ਹੈ, ਇਹ ਸੁਣਾਉਣੇ ਬੰਦੇ ਹੀ ਨਾ ਸਮਝ ਆਈ, ਇਹ ਲਗਦੀ ਤੋਂ ਕੋਈ ਆਖ ਲਈ, ਉਸ ਤੋਂ ਬਾਅਦ ਮੈਂ ਆਖ ਸੁਣ ਕਰ ਲਈ। ਠੀਕ ਹੈ,
ਕੁਝ ਨਹੀਂ ਨਾ ਮਾਣਾ ਕਿੱਸਾ ਦੋ ਸੁਣਾਉਣੇ ਆ ਜਿਹੜਾ ਤੁਸੀਂ ਪਹਿਲੇ ਸੁਣਾਇਆ ਸੀ ਉਹ ਸੁਣਾਇਆ ਸੀ ਤੇ ਮਜ਼ਾ ਸੀ ਸੁਣਾਉਣੇ ਆ ਕੋਈ ਉੱਡੋ ਬਾਲਾ ਕੋ ਜਿਹੜੀ